ਸਾਡੇ ਪੰਜਾਬੀਆਂ ਦਾ ਇਹ ਸੁਭਾਅ ਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਅਸੀਂ ਕਹਿੰਦੇ ਕੀ ਹੋਇਆ, ਕੀ ਹੋ ਜਾਊਗਾ, ਕੁਛ ਨਹੀਂ ਹੁੰਦਾ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਕੁਛ ਵੀ ਨਾ ਹੋਵੇ। ਖਾਸ ਤੌਰ 'ਤੇ ਮੇਰੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਸੱਥਾਂ 'ਚ ਅਤੇ ਮੋੜਾਂ 'ਤੇ ਖੜਨਾ ਹੁਣ ਬੰਦ ਕਰ ਦਈਏ। ਪ੍ਰਸਿੱਧ ਪੰਜਾਬੀ ਸਿੰਗਰ ਮਨਮੋਹਨ ਵਾਰਸ ਨੇ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਲੋਕ ਮਨਮੋਹਨ ਵਾਰਸ ਦੀ ਕਾਫ਼ੀ ਤਾਰੀਫਾਂ ਕਰ ਰਹੇ ਨੇ। ਮਨਮੋਹਨ ਵਾਰਸ ਨੇ ਆਪਣੀ ਵੀਡੀਓ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਬੜੇ ਹੀ ਸਲੀਕੇ ਨਾਲ ਅਤੇ ਗੰਭੀਰਤਾ ਨਾਲ ਅਪੀਲ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਮਨਮੋਹਨ ਵਾਰਸ ਨੇ ਕਿਹਾ ਕਿ ਕੁਝ ਦਿਨਾਂ ਲਈ ਪਿੰਡ ਦੇ ਮੋੜਾਂ, ਸੱਥਾਂ ਅਤੇ ਹੋਰ ਭੀੜ ਭਾੜ ਵਾਲੇ ਇਲਾਕਿਆਂ 'ਚ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਘਰਾਂ 'ਚ ਬਹਿ ਕੇ ਇਸ ਬਿਮਾਰੀ ਤੋਂ ਬਚਿਆ ਜਾਵੇ। ਸਾਡੇ ਪੰਜਾਬੀਆਂ ਦਾ ਇਹ ਸੁਭਾਅ ਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਅਸੀਂ ਕਹਿੰਦੇ ਕੀ ਹੋਇਆ, ਕੀ ਹੋ ਜਾਊਗਾ, ਕੁਛ ਨਹੀਂ ਹੁੰਦਾ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਕੁਛ ਵੀ ਨਾ ਹੋਵੇ, ਪਰ ਸਾਨੂੰ ਵੀ ਸੀਰੀਅਸ ਹੋਣ ਦੀ ਲੋੜ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਡਾਕਟਰ ਸਾਹਿਬਾਨ ਅਤੇ ਸਰਕਾਰਾਂ ਜਿਹੜੇ ਸੁਝਾਅ ਦਿੰਦੀਆਂ ਨੇ ਉਹਨਾਂ ਨੂੰ ਹੂਬ ਹੂ ਉਹਨਾਂ 'ਤੇ ਅਮਲ ਕਰੀਏ। ਜਿਵੇਂ ਕਿ ਹੱਥ ਨਹੀਂ ਮਿਲਾਉਣਾ, ਹੱਥ ਧੋਂਦੇ ਰਹਿਣਾ, ਮੂੰਹ ਨੂੰ ਹੱਥ ਨਹੀਂ ਲਾਉਣਾ, 2 ਮੀਟਰ ਦਾ ਫਾਸਲਾ ਰੱਖਣਾ ਅਤੇ ਘਰ ਰਹਿਣਾ। ਖਾਸ ਤੌਰ 'ਤੇ ਮੇਰੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਸੱਥਾਂ 'ਚ ਅਤੇ ਮੋੜਾਂ 'ਤੇ ਖੜਨਾ ਹੁਣ ਬੰਦ ਕਰ ਦਈਏ। ਵਿਦੇਸ਼ਾਂ 'ਚ ਰਹਿੰਦੇ ਜਿਹੜੇ ਪੰਜਾਬੀ ਅਸੀਂ ਹਾਊਸ ਪਾਰਟੀਆਂ ਕਰਨੀਆਂ ਬੰਦ ਕਰੀਏ, ਬੱਚਿਆਂ ਨੂੰ ਬਾਹਰ ਨਾ ਖੇਡਣ ਜਾਣ ਦਈਏ ਅਤੇ ਬਜ਼ੁਰਗਾਂ ਨੂੰ ਬੇਨਤੀ ਕਰੀਏ ਕਿ ਤਾਸ਼ ਥੋੜ੍ਹੇ ਦਿਨ ਅਟਕ ਕੇ ਖੇਡ ਲਿਓ, ਪਰਿਵਾਰ 'ਚ ਬੈਠੋ ਅਤੇ ਪਰਮਾਤਮਾ ਅੱਗੇ ਅਰਦਾਸ ਕਰੋ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ। ਧੰਨਵਾਦ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।